ਜਨਾਬ ਦੇ ਕਮੀ ਤੋਂ ਪਹੁੰਚਿਆ, ਬਹੁਤ ਵੱਡੀ ਖਰਾਬ ਲੈ ਕੇ ਮਾਇਆ ਲੈ ਕੇ ਅਬਦਾਲੀ ਦੇ ਚਰਨਾਂ ਦੇ ਜਾ ਕੇ ਮੱਥਾ ਟੇਕ ਕੇ ਪੈਰਾਂ ਮੱਥਾ ਟੇਕ ਗਿਆ। ਅਬਦਾਲੀ ਨੂੰ ਮਾਇਆ ਵੀ ਭੁੱਖ ਸੀ, ਮਾਇਆ ਲੈ ਕੇ ਚਲਾ ਗਿਆ। ਪਰ ਮਨ ਦੇ ਖਾਸ ਹੈ ਲਾਹੌਰ ਦੀ ਸੂਬੇਦਾਰੀ ਉੱਤੋਂ ਖੋਲੀ, ਇੱਥੇ ਬਸ ਨਹੀਂ, ਕਸ਼ਮੀਰ ਦੀ ਸੂਬੇਦਾਰੀ, ਮਲਤਾਨ ਦੀ ਸੂਬੇਦਾਰੀ, ਸਰਹੰਦ ਦੀ ਸੂਬੇਦਾਰੀ, ਜਿਹਨਾਂ ਤੇ ਕਬਜ਼ਾ ਕਰਕੇ ਵੀ ਉਹਨਾਂ ਨੂੰ ਬੈਠਾ ਹੈ, ਇਹ ਖੋਲੇ ਹੈ। ਤੀਸਰਾ ਹੋਇਆ ਅਬਦਾਲੀ ਨੇ ਫਿਰ ਕੀਤਾ ਖਾਲਸਾ ਜੀ, ਬਹੁਤ ਖੁਸ਼ੀ ਹੋਈ ਹੈ ਸਾਡੇ ਪ੍ਰਧਾਨ ਮੰਤਰੀ ਗਿਆਨੀ ਦਰਬਾਰ ਸਿੰਘ ਜੀ, ਕਿ ਜਦੋਂ ਅਸੀਂ ਪਹਿਲੀ ਵਾਰ ਆਏ ਉਦੋਂ ਵੀ ਗੁਰੂਆਂ ਪਿਆਰੇ ਨੇ ਬੜਾ ਸਤਿਕਾਰ ਮਾਨ ਕੀਤਾ, ਜਦੋਂ ਵੀ ਆਉਂਦੇ ਆ ਗੁਰੂ ਘਰ ਦੇ ਵਿੱਚ ਸਾਹਿਬਾਨ ਵਾਲਾ ਸਤਿਕਾਰ ਮਾਨ ਕਰਦੇ, ਜੋ ਕਿਹਾ ਜਾ ਸਕਦਾ ਬੜਾ ਮਾਨ ਕਰਦਾ, ਸਤਿਗੁਰੂ ਦੀ ਕਿਰਪਾ ਕਰਨ। ਸੋ ਸਾਧ ਸੰਗਤ, ਅਬਦਾਲੀ ਆਇਆ ਬਾਹਰ ਲੈ ਕੇ ਮੀਰ ਮਨੂ ਨੇ ਚਾਹਿਆ ਕਿ ਆਕਾ ਮਾਇਆ ਦੇ ਕੇ ਵਾਪਸ ਕਰੀਏ, ਪਰ ਅਬਦਾਲੀ ਨੇ ਮਾਇਆ ਕਰਾ ਦਿੱਤੀ। ਉਹਨੇ ਕਿਹਾ ਮੀਰ ਮਨੂ ਐਸ ਕੰਮ ਦਾਨੇ ਡਾਂਗਰ ਉੱਤੇ ਗਾ ਖੜ ਕਰੀਆਂ, ਪਤਾ ਲੱਗੇਗਾ ਕੌਣ ਜਿੱਤੇਗਾ ਤੁਹਾਡਾ ਹਰੇ ਦੇ ਲਾਹੌਰ ਦੇ ਲਾਗੇ ਮਨਾਨ ਕੁੜੀਆਂ ਦਾ ਖੁੱਲਾ ਖਾਲਸਾ ਜੀ। ਜੇ ਸੋਚ ਅਬਦਾਲੀ ਜਿੱਤ ਗਿਆ, ਮੀਰ ਮਨੂ ਨੇ ਗੋਡੇ ਟੇਕ ਦਿੱਤੇ। ਇਸ ਤੋਂ ਬਾਅਦ ਚੌਥਾ ਹਮਲਾ ਅਬਦਾਲੀ ਨੇ ਕੀਤਾ, ਹੁਣ ਉਹਨੇ ਨਿਗਾਹ ਦਿੱਲੀ ਤੇ ਕਰੇ ਖਾਲਸਾ ਜੀ, ਦਿੱਲੀ ਵਿੱਚ ਲੁੱਟਮਾਰ ਕਰਨੀ। ਚੌਥਾ ਹਮਲਾ 1751 ਤੋਂ ਲੈ ਕੇ 1752 ਤੱਕ ਇੱਕ ਸਾਲ ਕਰੇ ਖਾਲਸਾ ਜੀ ਉਹ ਪੰਜਾਬ ਦੀ ਧਰਤੀ ਵਿੱਚ ਰਿਹਾ, ਪਹੁੰਚਾ ਦਿੱਲੀ 28 ਫਰਵਰੀ ਤੋਂ ਲੈ ਕੇ 28 ਮਾਰਚ ਤੱਕ ਦਿੱਲੀ ਵਿੱਚ ਇੱਕ ਮਹੀਨਾ ਉਸਨੇ ਉਹ ਕੈਦ ਕੀਤਾ। ਕਸਬੀ ਤੋਂ ਬਾਅਦ ਇਸ ਤੋਂ ਪਹਿਲਾਂ ਨਾਦਰ ਸ਼ਾਹ ਗੁਲਾਮੀ ਨੇ ਦਿੱਲੀ ਲੁੱਟੀ, ਆਰਾਮ ਦੇ ਬਾਦਸ਼ਾਹ ਨੇ ਆਪਣੇ ਸ਼ਿਕਾਰਾ ਕਨੂਰ ਦੇ ਨਾਲ ਧੱਕੇ ਜੋੜਾਂ ਨਾਲ ਵਜਾਈ, ਬਾਦਸ਼ਾਹ ਆਲਮਗੀਰ ਸਾਨੀ ਨੂੰ ਯੁੱਧ ਨਾ ਪੈ ਕੇ ਆਪਣੀ ਲੜਕੀ ਨੂੰ ਜੁਰਮ ਜਾ ਸਕਦਾ। ਇੱਥੇ ਬਸ ਨਹੀਂ, 400 ਮਾਪਾਂ ਦੇ ਲੜਕੀਆਂ ਬਣ ਗਈਆਂ, 16 ਸ਼ਾਹੀ ਘਰਾਣੇ ਦੇ ਲੜਕੀਆਂ ਬਣ ਗਈਆਂ ਉਸਨੇ। 16 ਸਾਲ ਦੀ ਲੜਕੀ ਤੋਂ ਬਾਅਦ ਹਜ਼ਰਤ ਬੇਗਮ ਜਿਹੜੀ ਮੁਹੰਮਦ ਸ਼ਾਹ ਦੇ ਕਿਲੇ ਦੀ ਲੜਕੀ, ਉਹ ਅਬਦਾਲੀ ਨੇ ਆਪਣੇ ਘਰ ਦੇ ਧੱਕੇ ਜੋੜਾਂ ਨਾਲ ਪਾ ਲਈ, ਲੈ ਕੇ ਗੁਰਦਾ ਮਾਲ ਅਬਦਾਲੀ ਚਲਾ ਗਿਆ ਅੱਗੇ ਮਥੁਰਾ, ਆਗਰਾ ਮੈਦਾਨ ਬਣ ਜਾਣ ਵਾਸਤੇ ਉਹਨੇ ਖੂਬ ਰੁਕੇ ਸ਼ਹਿਰ ਹੋਏ, ਬੜੇ ਅਮੀਰ ਸ਼ਹਿਰ ਸਨ। ਇੱਕ ਉਹਨਾਂ ਦਾ ਹਰਿਮੰਦਰ ਸਾਹਿਬ ਹੈ,
शक्ति मिलती है। एक अमर सरोवर है गुरु रामपाल पातशाह महाराज जी का, जे सिंह फटड़ो आवे उस सरोवर ने कहने दे लाए दे फटड़े सिंह ने ओए मुंह में पावे आंदा ही आप जाना ते फिर खालसा उठ के प्यार बा प्यार जांदे इनी शक्ति है। नगर चल एक काम और मैं करांगा सरोवर पूरा का जब तक मंदिर साहब शक्ति नहीं दे और क्या दारू थला गुरु के कुप्पे दर को उठा कर आ जाए ਜਿਵੇਂ ਐਮ ਸ਼ਬਦ ਹਰਿਮੰਦਰ ਪਿਆਰੇ ਖਾਲਸਾ ਜੀ ਆਪਣੇ ਸ਼ਿਆਰਾ ਕਮੋਰ ਦੀ ਲਾਈ ਦਿਓ ਵੀ ਕਿ ਤੂੰ ਹਾਂ ਲਾਹੌਰ ਦੇ ਪ੍ਰਬੰਧ ਵਾਸਤੇ ਬਖਸ਼ਿਸ਼ ਜਹਾਨ ਖਾਨ ਨੂੰ 30-40 ਰਾਜ ਫੌਜ ਦੇ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਜੀ ਦੀ ਗੱਦੀ ਦਾ ਦਰਵਾਜ਼ਾ ਦੇ ਦਿੱਤਾ। ਉਹਨੇ ਆ ਕੇ ਬਹੁਤ ਸਾਰੇ ਪ੍ਰੋਗਰਾਮ ਕਰਾਏ, ਅੰਮ੍ਰਿਤਸਰ ਸਰੋਵਰ ਪੂਰਨਾ ਸ਼ੁਰੂ ਕੀਤਾ, ਹਰਿਮੰਦਰ ਸਾਹਿਬ ਦੀ ਬੇਦੀ ਕਰਨੀ ਸ਼ੁਰੂ ਕਰ ਦਿੱਤੀ। ਇਹ ਗੁਰੂ ਕੇ ਲਾਲ ਭਾਈ ਪਾਗ ਸਿੰਘ ਨੇ ਸਿੰਘ ਸਭ ਸਿੰਘ ਦੇ ਰਹਿਣ ਵਾਲੇ ਗੁਰੂ ਕੇ ਲਾਲ ਨੇ ਕਰਮ ਦਿੱਤੀ ਜਾ ਕੇ ਸ਼੍ਰੀ ਨਰਿੰਦਰ ਸਿੰਘ ਦੇ ਜਨਮਾਰ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਅਸੀਂ ਹੋਣੇ ਹੋਣੇ 26 ਜਨਵਰੀ ਨੂੰ ਜਨਮ ਦਿਹਾੜਾ ਮਨਾਇਆ। ਸ਼ਹੀਦਾਂ ਦੇ ਮਿਸਲ ਦੇ ਪਹਿਲੇ ਜਥੇਦਾਰ ਦਮਦਮੀ ਪ੍ਰਸਾਦ ਦੇ ਮੁਖੀ ਬਾਬਾ ਦੀਪ ਸਿੰਘ ਜੀ ਫੌਜ ਲੈ ਕੇ ਆਏ ਗੁਰੂ ਕੀ ਕਾਸ਼ੀ ਤੋਂ, ਦੁਸ਼ਮਣ ਦੀਆਂ ਫੌਜਾਂ ਬਣਾਈਆਂ ਹਰਾਨ ਹੋ ਗਿਆ ਗੁਲਾਮੀ ਕਿ ਜੀਰਨ ਨਾਲ ਦੇ ਸਿੰਘ ਮੇਰੀਆਂ ਫੌਜਾਂ ਲੜ ਸਕੀਆਂ। ਪਰ ਮੈਨੂੰ ਦੱਸਿਆ ਕਿ ਇੱਕ ਬਾਬਾ ਜਿਹਦਾ ਸਿਰ ਧਾਗੇ ਨਾਲ ਉਜਲਾ ਹੋ ਗਿਆ ਉਹ ਖੰਡਾ ਬੋਲਾ ਹੋਇਆ ਚੰਬੇ ਤੋਂ ਚੱਲਿਆ ਤੇ ਹਰਿਮੰਦਰ ਸਾਹਿਬ ਤੱਕ ਕਰ ਕੇ ਉਸ ਨਾਲ ਦੁਸ਼ਮਣ ਦੀਆਂ ਫੌਜਾਂ ਨੂੰ ਕਰਨ ਮਿਲਿਆ। ਉਹ ਕੋਈ ਵੀ ਬਹਾਦਰ ਤੁਰ ਨਹੀਂ ਜਿਹੜਾ ਉਹਨਾਂ ਨੂੰ ਜਿੱਤ ਸਕੇ, ਪਰ ਅਮਰ ਲੜਨ ਵਾਲਾ ਗੁਲਾਮੀ ਖੇਲ ਪਹਿਲੀ ਵਾਰ ਹਿੰਦੁਸਤਾਨ ਦੀ ਧਰਤੀ ਤੇ ਚੜ ਕੇ ਆਇਆ। ਹੁਣ ਕਿੱਥੇ ਘੋੜਾ ਬੋਲਿਆ ਪਾਣੀਪਤ ਮਰਕਿਆਂ ਦੇ ਨਾਲ ਤੀਜੀ ਲੜਾਈ ਹੋਈ 13-14 ਜਨਵਰੀ ਨੂੰ, ਦੋ ਦਿਨ ਸਾਡੇ ਲੈਣਾ ਮਾਸਟੇ ਡੱਡੇ ਰਹਿ ਗਏ, ਸਵਾ ਮਹੀਨੇ ਦੇ ਸੌਵੇ ਭਰ ਕੇ ਉੱਠ ਨਾ ਸਕੇ। ਇਹਨਾਂ ਦਾ ਵੱਡਾ ਆਗੂ ਪੇਸ਼ਵਾ ਰਾਓ ਨਾਨਾ 6 ਮਹੀਨੇ ਕਮਰੇ ਦੇ ਵਰਕਰ ਨੇ ਦਰਵਾਜ਼ਾ ਬੰਦ ਕਰ ਲਿਆ ਹਾਰਟੈਕ ਦੀ ਮੌਤ ਨਾਲ ਡਰ ਗਿਆ ਹੀ ਨਹੀਂ। ਅਬ ਲਾਲੀ ਨੂੰ ਅਹੰਕਾਰ ਹੋ ਗਿਆ ਹੁਣ ਕੋਈ ਕੌਮ ਬਹਾਦਰ ਦੀ ਨਹੀਂ ਰਹੀ ਜੋ ਮੇਰਾ ਮੁਕਾਬਲਾ ਕਰ ਸਕੇ। ਸੋ ਖਾਲਸਾ ਜੀ ਜਦੋਂ ਵੀ ਅਬ ਲਾਲੀ ਚੜ੍ਹ ਕੇ ਆਉਂਦਾ ਰਿਹਾ ਖਾਲਸਾ ਪੰਥ ਉਹਨੂੰ ਲੋੜ ਤੋਂ ਪਿਆਰ ਸੁੱਕਾ ਨੇ ਨਾਮ ਦਿੱਤਾ। 5ਵੀਂ ਵਾਰ ਅਬ ਲਾਲੀ ਗਿਆ, 6ਵੀਂ ਵਾਰ ਹਮਲੇ ਦੀ ਤਿਆਰੀ ਕਰਨ ਲੱਗਾ। ਐਤਕਾਂ ਦੀ ਵਾਰੀ ਖਾਲਸਾ ਪੰਥ ਨੂੰ ਨਾਮ ਨਿਸ਼ਾਨ ਲਗਾਉਣ ਵਾਸਤੇ, ਕਿਉਂਕਿ ਇੱਕੋ ਇੱਕ ਕੰਮ ਲੱਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੱਖਾਂ ਵਿੱਚ ਰੋਣਾ ਵਾਂਗੂ ਰੱਖਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਖਾਲਸੇ। ਉਹਨੇ ਕਾਬੋ ਦੀ ਧਰਤੀ ਤੋਂ 1.5 ਲੱਖ ਫੌਜ ਇਕੱਠੀ ਕੀਤੀ, ਅਭਿਆਸ ਕਹਿੰਦਾ 50,000 ਪਿੰਡਾਂ ਵਿੱਚੋਂ ਇਕੱਠੀ ਕਰੀ, ਹਰੇ ਰੰਗ ਦਾ ਹੈ ਨਹੀਂ ਝੰਡਾ ਚੁੱਕਿਆ ਮੋਢੇ ਉੱਤੇ, ਜਿਵੇਂ ਅਬਦਾਲੀ ਕਾਬੋ ਤੋਂ ਰਵਾਨਾ ਹੋਣ ਲੱਗਾ ਪੰਜਾਬ ਦੀ ਧਰਤੀ ਨੂੰ ਸਿੰਘਾਂ ਦਾ ਖੁਲਾ ਫੁਲ ਤੌਰ ਵਾਸਤੇ ਉਹਦਾ ਸਿੰਘ ਰੋਗਿਆ ਧਰਤੀ ਦਿੱਤਾ ਹੈ।
ਚਾਰ ਕਸਮ ਜੋ ਕਹੀ ਉਹਨੇ ਪੂਰੀ ਕਰਕੇ ਵਿਖਾਈ। ਅਬਦਾਲੀ ਨੇ ਕਿਹਾ ਜਿੱਥੋਂ ਸ਼ਕਤੀ ਲੈਂਦੀ ਹੈ ਉਹ ਸਰੋਵਰ ਪੂਰਾ ਹੁੰਦਾ, ਉਹਦਾ ਨਾਮੋ ਨਿਸ਼ਾਨ ਮਿਟਾਉਣਾ ਹੁੰਦਾ। ਔਰ ਉਸਨੇ ਕੀਤਾ ਵੀ ਕਰੇ ਖਾਲਸਾ ਜੀ ਆਉਣ ਵਾਲੇ ਦਿਨਾਂ ਦੀ ਬੇਨਤੀ ਕਰਾਂਗੇ। ਦਰਬਾਰ ਸਾਹਿਬ ਜੀ ਨਾਲ ਦਾਦਾ ਪੁੱਤ ਕੇ ਥੱਲੇ ਗੁਰੂ ਦੇ ਕੁੱਪੇ ਦੱਬ ਕੇ ਉਰਾਵਾਂਗਾ। ਘਰ ਘਰ ਦੇ ਵਿੱਚ ਅੱਗ ਲਾ ਕੇ ਲੋਕਾਂ ਨੂੰ ਤਬਾਹ ਕਰਾਂਗਾ। ਉਸਨੇ ਕੀਤਾ ਕਰੇ ਖਾਲਸਾ ਜੀ ਕਾਬੋ ਤੋਂ ਚੱਲਿਆ ਪੰਜਾਬ ਦੀ ਧਰਤੀ ਵਿੱਚ ਜਿਹੜੇ ਜਿਹੜੇ ਪਿੰਡਾਂ ਵਿੱਚੋਂ ਲੰਘੇ ਗਿਆਨੀ ਉਹ ਗੋਰੇ ਕਰਕੇ ਲਾ ਦਿੱਤੇ। ਇਹੋ ਮਰੂ ਮੋਹਰਾ ਸੀ ਉੱਥੋਂ ਕੋਈ ਵਸੋ ਰਹੀ ਨਹੀਂ। ਮਾਂ ਸਾਰੇ ਸਿੰਘਾਂ ਦੀ ਲੜਾਈ ਕੀਤੀ ਗਈ, ਪਰਿਵਾਰਾਂ ਦੇ ਪਰਿਵਾਰ ਮਾਂ ਦੀ ਕਾਂਡ ਉਤਾਰੇ ਗਏ। ਅਦਾਲਤਾਂ ਪੰਥ ਦੇ ਜਥੇਦਾਰ ਸਰਦਾਰ ਦਸਾਂ ਸਿੰਘ ਦੀ ਆਗੂ ਹੋ ਰਹੀ ਹੈ। ਇਹ ਸਿੱਖ ਪੰਥ ਦਾ ਦੂਸਰਾ ਬਾਦਸ਼ਾਹ ਕਰੇ ਖਾਲਸਾ ਜੀ ਤਲਾਹੀਕ ਇਤਿਹਾਸ ਵੀ ਪੜ੍ਹੀਏ। ਪਹਿਲਾ ਸਿੱਖ ਪੰਥ ਦਾ ਬਾਦਸ਼ਾਹ ਬਾਬਾ ਬੰਦਾ ਸਿੰਘ ਦੀ ਬਹਾਦਰ, ਦੂਸਰਾ ਹੈ ਸਰਦਾਰ ਦਸਾਂ ਸਿੰਘ ਦੀ ਆਗੂ ਹੋ ਰਹੀ ਹੈ। ਜਿਸ ਵੇਲੇ ਅਬਦਾਲੀ ਨੇ ਲਾਹੌਰ ਤੇ ਕਬਜ਼ਾ ਕੀਤਾ ਉਸਨੇ ਲਾਹੌਰ ਦੇ ਕਿਲੇ ਵਿੱਚ ਆਪਣਾ ਗਵਰਨਰ ਥਾਪਿਆ ਹੈ, ਸਿੱਧੂ ਦਾ ਥਾਪਿਆ ਹੈ ਅਬੇਦ ਖਾਨ ਤੇ ਸਿੰਘਾਂ ਨੇ ਸ਼ਹਿਰ ਵਿੱਚ ਆਪਣਾ ਬਾਦਸ਼ਾਹ ਥਾਪਿਆ ਸਰਦਾਰ ਦਸਾਂ ਸਿੰਘ ਦੀ ਆਗੂ ਹੋ ਰਹੀ ਹੈ। ਦੋ ਅਕਸਰ ਲਾਹੌਰ ਵਿੱਚ ਪਹਿਲੇ ਖਾਲਸਾ ਜੀ ਲਾਹੌਰ ਦੇ ਬਾਦਸ਼ਾਹ ਕਿਲੇ ਵਿੱਚ ਅਬਦਾਲੀ ਨਾਲ ਥਾਪਿਆ ਜਮੈਲ ਅਬੇਦ ਖਾਨ ਤੇ ਸਿੰਘਾਂ ਦਾ ਬਾਦਸ਼ਾਹ ਸਰਦਾਰ ਦਸਾਂ ਸਿੰਘ ਦੀ ਆਗੂ ਹੋ ਗਿਆ। ਸ਼ਹਿਰ ਦੀ ਵਾਹੀ ਕਰ ਗਿਆ ਉਹਨੇ ਆਪਣੇ ਨਾਮ ਦਾ ਸਹਿਜ ਰੱਖਿਆ। ਅਬਦਾਲੀ ਦਾ ਪਤਾ ਲੱਗਾ ਕਿ ਬਹੁਤ ਵੱਡੀ ਫੌਜ ਲੈ ਕੇ ਖਾਲਸਾ ਪੰਥ ਦੀ ਤਬਾਹੀ ਕਰਨ ਵਾਸਤੇ ਚੱਲ ਪਏ ਬਾਬਰ ਦਾ ਸਿਆਣਾ ਲੀਡਰ ਕੰਮ ਦਾ ਜਥੇਦਾਰ ਸਰਦਾਰ ਦਸਾਂ ਸਿੰਘ ਦੀ ਆਗੂ ਹੋ ਰਹੀ ਹੈ। ਸਰਦਾਰ ਕਿਰਨ ਸਿੰਘ ਦੀ ਸ਼ੁਕਰ ਚੱਕੀ ਆ ਸਰਦਾਰ ਦਸਾਂ ਸਿੰਘ ਦੀ ਰਾਮ ਗਈ ਹੈ ਸਾਡੇ ਸਰਦਰ ਤੁਹਾਡੇ ਕਬੂ ਨੌਜਵਾਨ ਪੰਥ ਦੀ ਗਵਾਹੀ ਕਰੀਏ। 11 ਮਿਸਲਾਂ ਦੇ ਜਥੇਦਾਰ ਇਹਨਾਂ ਨੇ ਆਪਣੇ ਖਾਲਸਾ ਪੰਥ ਦੇ ਆਪਣੇ ਪਰਿਵਾਰ ਨਾਲ ਲੈ ਲਿਆ ਚੱਲ ਪਏ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਮੱਥਾ ਟੇਕਦੇ ਜੰਡਿਆਲੇ ਪਹੁੰਚੀ। ਖਾਲਸਾ ਪੰਥ ਦਾ ਬਹੁਤ ਬੜਾ ਦੁਸ਼ਮਣ ਹੈ ਤੇ ਅਬਦਾਲੀ ਦਾ ਮਿੱਤਰ ਹੈ ਜਿਹਦਾ ਨਾਮ ਹੈ ਆਕਲ ਦਾਸ। ਜੰਡਿਆਲੇ ਦਾ ਕਿਲਾ ਜਾ ਕੇ ਘੇਰ ਲਿਆ। ਅਬਦਾਲੀ ਉਹਨੇ ਖਬਰ ਪਹੁੰਚਾਈ ਕਿ ਖਾਲਸਾ ਪੰਥ ਦੇ ਲੋਕੀ ਉਹਨੇ ਮਨ ਨੂੰ ਆ ਗਿਆ ਗਿਆ ਉਹਨੇ ਕਿਹਾ ਇੱਥੇ ਘੇਰ ਕੇ ਰੱਖ ਮੈਂ ਮਿੰਟੋ ਮਿੰਟੋ ਦੇ ਕੋਲ ਪਹੁੰਚ ਰਿਹਾ। ਖਾਲਸਾ ਪੰਥ ਨੂੰ ਪਤਾ ਲੱਗਾ ਕਿ ਅਬਦਾਲੀ ਆ ਰਿਹਾ ਐਤਾਂ ਦੀ ਵਾਰੀ ਖਾਲਸਾ ਪੰਥ ਨੇ ਆਪਣਾ ਵਹੀਰ ਵੀ ਨਾਲ ਲੈ ਲਿਆ। ਖਾਲਸਾ ਵਹੀਰ ਦਾ ਭਾਵ ਹੈ ਆਪਣਾ ਪਰਿਵਾਰ। ਅੱਗੇ ਦਿਨਾਂ ਲੜਾਈਆਂ ਹੋਈਆਂ ਖਾਲਸਾ ਪੰਥ ਆਪਣਾ ਪਰਿਵਾਰ ਘਰ ਛੱਡ ਕੇ ਜਾਂਦਾ। ਹਾਲਾਂਕਿ ਪਤਾ ਲੱਗਾ ਅਬਦਾਲੀ ਨੇ ਸਾਡੇ ਪਰਿਵਾਰ ਉੱਤੇ ਬਹੁਤ ਪਿਆਰੀ ਹਵਾ ਲਗਾਈ ਇਸ ਵਾਸਤੇ ਆਪਣੇ ਪਰਿਵਾਰ ਦੀ ਰਾਜੀ ਵੀ ਕਰੀ। ਬਹੁਤ ਵੱਡੀ ਮੁਸ਼ਕਲ ਹੈ ਖਾਲਸਾ ਪੰਥ ਦੇ ਸਾਹਮਣੇ ਇਹ ਜੰਗ ਵੀ ਨਹੀਂ ਬਣੀ ਹੈ ਵੱਡਾ ਘੱਲੂਗਾ ਵੀ ਲੱਗਦਾ ਬਦਾਨੇ ਜਾਗਦੇ ਕੰਮ ਸ਼ਬਦਾਂ ਦੀਆਂ ਪੌਦਾਂ ਦਾ ਮੁਕਾਬਲਾ ਵੀ ਕਰਦਾ। ਖਾਲਸਾ ਪੰਥ ਦਰਿਆਏ ਸਾਹਮਣੇ ਪਾਰ ਕਰਕੇ ਪਹੁੰਚੇ ਮਲੇਰਕੋਟ ਤੇ ਮਲੇਰਕੋਟ ਨੂੰ ਉਪਰੀ ਲੜਨ ਲਾਵੇ ਜਾ ਕੇ ਖਾਲਸਾ ਮੋਰਚੇ ਤੋਂ ਸ਼ੁਰੂ ਕਰ ਦਿੱਤਾ। ਆਪਣਾ ਪਰਿਵਾਰ ਜਿਹੜਾ ਹੈ ਇਹ ਲਾਗੇ ਗੁਰਦੇ ਪਿੰਡ ਚ ਆਇਆ ਗਿਆ ਉਹਨਾਂ ਦੀ ਰਾਖੀ ਮਾਤੇ ਸਿੰਘ ਕਿਲੇ ਦੇ ਪਿਆਰੇ ਖਾਲਸਾ ਜੀ ਅਬਦਾਲੀ ਵੀ ਉਸ ਵੇਲੇ ਜੈਨ ਖੰਡ ਸੂਬੇਦਾਰ ਜਿਹੜਾ ਗਵਰਨਰ ਹੈ ਸਰਹੰਦ ਦਾ ਉਹਨੂੰ ਖਬਰ ਪਾਈ ਕਿ ਖਾਲਸਾ ਪੰਥ ਨੂੰ ਘੇਰ ਗਿਆ ਕਿ ਕਦੇ ਲੁੱਕ ਨਾ ਜਾਣ ਇਸ ਵਾਸਤੇ ਇਹਨਾਂ ਦਾ ਮੁਕਾਬਲਾ ਕਰਨ ਮੈਂ ਜਲਦੀ ਤੋਂ ਜਲਦੀ ਪਹੁੰਚ ਰਿਹਾ ਹਾਂ ਮੈਂ ਲਾਹੌਰ ਆ ਗਿਆ। ਉਸ ਵੇਲੇ ਜੈਨ ਖੰਡ ਆਪ ਨਾ ਪਹੁੰਚਿਆ ਭੇਜਿਆ ਹੋਇਆ ਕਾਸਮ ਖਾਨ ਨੇ ਚੁੱਪ ਬੈਠੇ ਸਿੰਘਾਂ ਉੱਤੇ ਕੇਲੇ ਕਹਿ ਹਮਲਾ ਬੋਲਿਆ